श्रोमणी गुरुद्वारा प्रबंधक कमेटी तो मसंदा का कब्जा हटाओ। मैं भी तुम्हें एक गल आखन आया वा भी श्रोमणी गुरुद्वारा प्रबंधक कमेटी के उपर जे मसंद काबज हो गए ने ना। देखो श्रोमणी गुरुद्वारा प्रबंधक कमेटी साड़ी धार्मिक संस्था है, मैं सहमत हाँ श्रोमणी गुरुद्वारा प्रबंधक कमेटी ਮਸੰਦਾਂ ਦੇ ਕਬਜ਼ੇ ਤੋਂ ਆਜ਼ਾਦ ਕਰਾਓ। ਮੈਂ ਤੁਹਾਨੂੰ ਆਪਣੇ ਕੋਲ ਇੱਕ ਵਿਚਾਰ ਦੇਣ ਲੱਗਾ ਮੈਂ, ਜੇ ਤੁਸੀਂ ਮੰਨ ਲਵੋ ਤੇ ਆਮ ਕਰਕੇ ਕਿਹਾ ਜਾਂਦਾ ਵੀ ਜਿਸ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚੀ ਹੋ ਜਾਵੇ, ਸਰਪੰਚ ਪਿੰਡ ਵੋਟਾਂ ਤੋਂ ਬਿਨਾਂ ਚੁਣ ਲਵੇ, ਉਸ ਪਿੰਡ ਨੂੰ ਇੰਨੇ ਲੱਖ ਰੁਪਈਆ ਦਿੱਤਾ ਜਾਵੇ, ਇਹ ਤੁਹਾਡੀ ਧਾਰਮਿਕ ਸੰਸਥਾ ਹੈ। ਮੇਰੀ ਬੇਨਤੀ ਸਵੀਕਾਰ ਕਰਿਆ ਜੇ ਜੇ ਇਲੈਕਸ਼ਨ ਦੀ ਜਗ੍ਹਾ ਦੇ ਉੱਪਰ ਤੁਸੀਂ ਸਿਲੈਕਸ਼ਨ ਕਰ ਦਿਓ ਤਾਂ ਮੈਂ ਕਹਿੰਦਾ ਸਾਡੀ ਦੁਨੀਆ ਦੇ ਵਿੱਚ ਬੱਲੇ ਬੱਲੇ ਹੋ ਜਾਵੇ। ਨਹੀਂ ਸਮਝੇ ਹੋਗੇ ਵੀ ਇਹਦੇ ਅਰਥ ਕੀ ਬਣਦੇ ਨੇ? ਤੁਸੀਂ ਬੰਦਾ ਸਿਲੈਕਟ ਕਰੋ ਵੀ ਇਹ ਸਾਡੇ ਇਲਾਕੇ ਦਾ ਧਾਰਮਿਕ ਸ਼ਖਸ ਹੈ, ਇਹ ਸਾਡੇ ਨਾਲ ਦੁੱਖ ਸੁੱਖ ਦੇ ਵਿੱਚ ਖੜਦਾ, ਇਹ ਸਾਡੇ ਨਾਲ ਮੋਰਚਿਆਂ ਦੇ ਵਿੱਚ ਖਲੋਤਾ। ਉਹ ਭਾਵੇਂ 2007 ਦੇ ਵਿੱਚ ਇਕੱਠ ਦਮਦਮਾ ਸਾਹਿਬ ਹੋਇਆ ਹੋਵੇ ਤੇ ਭਾਵੇਂ 2015 ਦੇ ਵਿੱਚ ਚੱਪੇ ਦੀ ਧਰਤੀ 'ਤੇ ਹੋਇਆ ਹੋਵੇ ਤੇ ਭਾਵੇਂ 2018 ਦੇ ਅੰਦਰ ਬਰਗਾੜੀ ਦੀ ਧਰਤੀ 'ਤੇ ਹੋਇਆ ਹੋਵੇ, ਇਹ ਸਾਡੇ ਨਾਲ ਖਲੋਤਾ ਬਾਈ ਜੀ। ਅਸੀਂ ਆਪਣੇ ਇਲਾਕੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅੱਜ ਨਿਯੁਕਤ ਕਰ ਦਿੱਤਾ, ਮੈਂ ਦਾਅਵੇ ਨਾਲ ਆਖਾਂ ਤਿਆਰ ਹਾਂ ਤੁਹਾਡੀ ਸੋਚ ਦੇ ਵਿੱਚੋਂ ਮੈਂਬਰ ਨਿਕਲੇਗਾ, ਉਹ ਵੋਟਾਂ ਦੇ ਰਾਹੀਂ ਪੇਟੀ ਦੇ ਵਿੱਚੋਂ ਨਹੀਂ ਨਿਕਲੇਗਾ। ਕਿੰਨੀ ਵੱਡੀ ਗੱਲ ਹੋ ਜਾਵੇ ਜੇ ਕਿਤੇ ਕੰਮ ਕਰਕੇ ਵਿਖਾ ਦਈਏ ਦੁਨੀਆ ਦੇ ਵਿੱਚ ਬੱਲੇ ਬੱਲੇ ਹੋ ਜਾਵੇ। ਤੇ ਜੇ ਤੁਸੀਂ ਕਹੋਗੇ ਵੀ ਕੋਈ ਐਸੀ ਐਗਜ਼ਾਮਪਲ ਦੇ ਦਿਓ ਸਿੱਖ ਹਿਸਟਰੀ ਦੇ ਵਿੱਚੋਂ, ਮੈਂ ਹਿਸਟਰੀ ਦਾ ਸਟੂਡੈਂਟ ਵੀ ਰਿਹਾ ਮੈਂ, ਸਿੱਖ ਹਿਸਟਰੀ ਦੇ ਵਿੱਚੋਂ ਕੋਈ ਇੱਕ ਐਗਜ਼ਾਮਪਲ ਮੈਨੂੰ ਸੱਜਣ ਦੇ ਦੇਵੇ ਜਿਹਦੇ ਵਿੱਚ ਇਲੈਕਸ਼ਨ ਦੇ ਰਾਤੀ ਬੰਦੇ ਦੀ ਚੋਣ ਕੀਤੀ ਗਈ ਹੋਵੇ। ਗੁਰੂ ਨਾਨਕ ਦੇ ਘਰ ਦੇ ਵਿੱਚ ਇਲੈਕਸ਼ਨ ਨਹੀਂ ਸੀ, ਗੁਰੂ ਨਾਨਕ ਦੇ ਘਰ ਦੇ ਵਿੱਚ ਸਿਲੈਕਸ਼ਨ ਸੀ। ਭਾਈ ਲਹਿਣਾ ਜੀ ਦੀ ਚੋਣ ਗੁਣਾਂ ਦੇ ਵਿੱਚੋਂ ਕੀਤੀ ਗਈ ਹੈ, ਉਹ ਗੁਣਤੰਤਰ ਦੇ ਵਿੱਚੋਂ ਚੋਣ ਹੋਈ ਸੀ, ਵੋਟਾਂ ਦੇ ਰਾਹੀਂ ਚੋਣ ਨਹੀਂ ਸੀ ਹੋਈ। ਤੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਚਲੋ ਉਦਾਹਰਨ ਦੇਣਾ ਨਾ, ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਮੂਹਰੇ ਇੱਕ ਪਾਸੇ ਲਾਲੋ ਹੈ ਤੇ ਦੂਜੇ ਪਾਸੇ ਭਾਗੋ ਹੈ, ਨਾਮ ਲਿਆ ਦੇ ਕੌਣ ਕੌਣ ਹੈ? ਇੱਕ ਪਾਸੇ ਲਾਲੋ ਹੈ ਤੇ ਦੂਜੇ ਪਾਸੇ ਕੌਣ ਹੈ? ਭਾਗੋ ਹੈ। ਤੇ ਜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵੀ ਕਹਿੰਦੇ ਵੀ ਸੱਚ ਦਾ ਫੈਸਲਾ ਜਿਹੜਾ ਹੈ ਇਹ ਵੋਟਾਂ ਦੇ ਰਾਹੀਂ ਕਰਵਾਉਂਦੇ ਆ, ਤੇ ਤੁਸੀਂ ਮੈਨੂੰ ਦੱਸੋ ਵੀ ਜੇ ਬਾਬਾ ਨਾਨਕ ਦੇਵ ਜੀ ਇਲੈਕਸ਼ਨ ਕਰਵਾ ਦਿੰਦੇ ਵੀ ਇੱਧਰ ਲਾਲੋ ਹੈ ਦੂਜੇ ਪਾਸੇ ਭਾਗੋ ਹੈ, ਤੇ ਮੈਨੂੰ ਤੁਸੀਂ ਦੱਸੋ ਵੀ ਜਿੱਤਦਾ ਕੌਣ? ਭਾਗੋ ਜਿੱਤਦਾ ਨਾ, ਕਿਉਂ ਜਿੱਤਦਾ ਭਲਾ ਭਾਗੋ? ਕਿਉਂਕਿ ਭਾਗੋ ਨੇ ਸ਼ਰਾਬ ਵੀ ਵੰਡਣੀ ਸੀ, ਭਾਗੋ ਨੇ ਧੱਕਾ ਵੀ ਕਰਨਾ। ਇੱਥੇ ਅਗਲੇ ਰੈਲੀਆਂ ਦੇ ਵਿੱਚ ਸ਼ਰਾਬ ਵਰਤਾਈ ਕਹੇ ਜਾਂਦੇ ਆ, ਮੈਨੂੰ ਵੀ ਕਈ ਕਹਿੰਦੇ ਆ ਕਿ ਜੀ ਰੈਲੀਆਂ ਦੇ ਵਿੱਚੋਂ ਨੰਬਰ 1 ਬਰਗਾੜੀ। ਮੈਂ ਕਿਹਾ ਵੀ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਗੱਲ ਕਹਿੰਦੇ ਆ, ਰੈਲੀਆਂ ਦੇ ਵਿੱਚੋਂ ਇਹ ਰੈਲੀ ਨਹੀਂ ਸੀ, ਇਹ ਜਜ਼ਬਾਤੀ ਹੋਏ ਤੁਸੀਂ ਆਏ ਸੀ, ਇਹ ਤੁਸੀਂ ਆਪਣੇ ਅੰਦਰ ਇੱਕ ਦਰਦ ਲੈ ਕੇ ਆਏ ਸੀ, ਇਹਨੂੰ ਦੁਨਿਆਵੀ ਰੈਲੀ ਦੇ ਨਾਲ ਤੁਲਨਾ ਦੇਣਾ ਸਾਡੀ ਬੇਵਕੂਫੀ ਹੋਵੇਗੀ। ਇਹ ਸਾਡਾ ਰੋਸ ਮਾਰਕ ਸੀ, ਇਹ ਸਾਡੀ ਇੱਕ ਐਸੀ ਜਗ੍ਹਾ ਸੀ ਜਿੱਥੇ ਇਕੱਤਰ ਹੋਏ ਆ ਆਪਣੇ ਅੰਦਰ ਦਾ ਦਰਦ ਦਾ ਇਤਕਾਰ ਕਰਦੇ ਹੋਏ। ਇੱਕ ਗੱਲ ਕਹਾਂ, ਕਿਸੇ ਨੂੰ ਕੌੜੀ ਨਾ ਲੱਗੇ, ਮੈਨੂੰ ਮਾਫ ਕਰ ਦਿਆ ਜੇ, ਜਿਸ ਹਿਸਾਬ ਨਾਲ ਕਿਉਂਕਿ ਮੈਂ ਇੱਥੇ ਆਇਆ ਸਾਂ, ਜਿਸ ਹਿਸਾਬ ਨਾਲ ਸੰਗਤਾਂ ਇਕੱਠੀਆਂ ਹੋਈਆਂ, ਮੈਂ ਸੋਚ ਰਿਹਾ ਵੀ ਮੇਰੀ ਕੌਮ ਕੁਝ ਲੱਭਦੀ ਪਈ ਹੈ, ਮੈਂ ਮਹਿਸੂਸ ਕਰ ਰਿਹਾ ਹਾਂ ਮੇਰੀ ਕੌਮ ਦੇ ਅੰਦਰ ਤੜਫ ਨਹੀਂ ਮੁੱਕੀ, ਮੇਰੀ ਕੌਮ ਕੁਝ ਭਾਲਦੀ ਪਈ ਹੈ। ਜੇ ਐਡੇ ਵੱਡੇ ਇਕੱਠ ਨੂੰ ਇੱਕ ਸਹੀ ਦਿਸ਼ਾ ਦਿੱਤੀ ਜਾਵੇ, ਮੈਂ ਦਾਅਵੇ ਨਾਲ ਆਖਾਂ ਨੂੰ ਤਿਆਰ ਹਾਂ ਧਰਤੀ ਦੇ ਉੱਪਰ ਪਲਟੇ ਲੈ ਕੇ ਆ ਜਾਵਾਂਗਾ। ਦੁਨੀਆ ਦਾ ਸੱਚ ਹੈ, ਇਹ ਕਬੂਲਣਾ ਪੈਣਾ। ਮੈਂ ਮੰਨਦਾ ਹਾਂ ਕਿ ਆਪਾਂ ਨੰਬਰ 1 ਦੇ ਉੱਪਰ ਰਹੇ ਹਾਂ, ਇਸ ਗੱਲ ਦਾ ਮਾਣ ਹੈ, ਪਰ ਇਹ ਨਹੀਂ ਕਹਿਣਾ ਵੀ ਰੈਲੀਆਂ ਦੇ ਵਿੱਚੋਂ ਨੰਬਰ 1, ਕਿਉਂਕਿ ਇਹ ਜਿਹੜਾ 7 ਤਰੀਕ ਦਾ ਇਕੱਠ ਸੀ ਇਹ ਰੈਲੀ ਨਹੀਂ ਸੀ, ਇਹ ਦਰਦਮੰਦ ਇਨਸਾਫ ਦੀ ਮੰਗ ਦੇ ਵਿੱਚ ਇਕੱਠੇ ਹੋਏ ਸਨ, ਇਹ ਤਾਂ ਰੱਖਿਆ ਦੇ। ਹੁਣ ਮੈਂ ਉਹੀ ਬੇਨਤੀ ਕਰਦਾ ਮੈਂ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਲਾਲੋ ਤੇ ਭਾਗੋ ਦਾ ਇਲੈਕਸ਼ਨ ਕਰਵਾ ਦਈਏ, ਤੇ ਮੈਂ ਤੁਹਾਨੂੰ ਪੁੱਛਦਾ ਵੀ ਕੌਣ ਜਿੱਤਦਾ? ਪਤਾ ਕੌਣ ਜਿੱਤਦਾ? ਅਵਸ਼ ਭਾਗੋ ਜਿੱਤਦਾ, ਲਾਲੋ ਦਾ ਡੱਬਾ ਖਾਲੀ ਨਿਕਲਦਾ। ਕਿਉਂ ਖਾਲੀ ਨਿਕਲਦਾ? ਕਿਉਂਕਿ ਭਾਗੋ ਦੇ ਸ਼ਰਾਬਾਂ ਵੀ ਵੰਡਣੀਆਂ ਸੀ, ਭਾਗੋ ਨੇ ਨਸ਼ਾ ਵੀ ਵੰਡਣਾ ਸੀ, ਤੇ ਭਾਗੋ ਨੇ ਧੱਕਾ ਵੀ ਕਰਨਾ ਸੀ, ਭਾਗੋ ਨੇ ਜ਼ੁਲਮ ਵੀ ਕਰਨਾ ਸੀ, ਭਾਗੋ ਨੇ ਥਾਣਿਆਂ ਵਿੱਚ ਵੀ ਦੇਣੇ ਸਨ, ਭਾਗੋ ਨੇ ਧਮਕੀਆਂ ਵੀ ਦੇਣੀਆਂ ਸੀ।
लालो का डब्बा खाली निकलता, पर मेरा बाबा कहता नहीं, कौमी फैसले वोटां दे विचों नहीं, कौमी फैसले विवेक दे विचों लए जांदे ने। तुहाडा विवेक दसदा है कि कौन सही है ते कौन गलत है। श्रोमणी गुरुद्वारा प्रबंधक कमेटी का मैंबर अपने विवेक दे विचों लभो ना, आपू अपने इलाके दे विच चोण कर दिओ कि साडा विवेक कहिंदा वी इह बंदा साडा सिलेक्ट है, बिना वोटां दे इहनू जित दित्ती जावेगी। असीं मन लिया वी श्रोमणी गुरुद्वारा प्रबंधक कमेटी का यह मैंबर है ते देखो कैसी साडी किड्डी वड्डी जित हो जावेगी। बिना वोटां दे, बिना पैसों दे, बिना शराबा दे, बिना जोर लाए असी अपनी श्रोमणी गुरुद्वारा प्रबंधक कमेटी के मैंबर। ते फिर जो सारे मैंबर होणगे इन्हां दे विचों एक वधिया सोच वाला, देखो मैं एक बेनती छोटी जी